ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਜਿਸ ਨੇ ਵੀ ਦੂਜੇ ਸੂਬੇ ਤੋਂ ਪੰਜਾਬ ਵਿੱਚ ਦਾਖਲ ਹੋਣਾ ਹੈ ਤਾਂ ਉਸਦਾ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ। ਇਸ ਦੇ ਚਲਦੇ ਤਲਵਾੜਾ ਹਿਮਾਚਲ ਬਾਰਡਰ 'ਤੇ ਵੀ ਤਲਵਾੜਾ ਪੁਲਿਸ ਵੱਲੋਂ ਵੀ ਨਾਕਾ ਲਾਇਆ ਗਿਆ। ਜੇਕਰ ਕੋਈ ਵੀ ਪੰਜਾਬ ਦੀ ਸੀਮਾ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਕਰਨੀ ਜ਼ਰੂਰੀ ਹੈ ਜਾਂ ਫਿਰ ਉਸਦੇ ਮੋਬਾਈਲ ਵਿੱਚ ਕੋਵਾ ਐਪ ਹੋਣਾ ਜ਼ਰੂਰੀ ਹੈ। ਜੋ ਹਿਮਾਚਲ ਦੀਆਂ ਗੱਡੀਆਂ ਪੰਜਾਬ ਵਿੱਚ ਇੰਟਰੀ ਕਰਦੀਆਂ ਨੇ ਉਹਨਾਂ ਕੋਲ ਚੈੱਕ ਕਰਨਾ ਪੈਂਦਾ ਹੈ ਕਿ ਉਹਨਾਂ ਕੋਲ ਪੰਜਾਬ ਦਾ ਈ ਪਾਸ ਹੈਗਾ ਕਿ ਨਹੀਂ। ਜਿਹਨਾਂ ਕੋਲ ਈ ਪਾਸ ਹੈਗਾ ਉਹਨੂੰ ਹੀ ਇੰਟਰੀ ਕਰਨ ਦਿੱਤੀ ਜਾਂਦੀ ਹੈ, ਜਿਹਨਾਂ ਕੋਲ ਪਾਸ ਨਹੀਂ ਹੈ ਉਹਨੂੰ ਵਾਪਸ ਹਿਮਾਚਲ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਕਿਹਾ ਜਾਂਦਾ ਕਿ ਆਪ ਪਾਸ ਪੰਜਾਬ ਦਾ ਪਾਸ ਬਣਾਓ ਫਿਰ ਇੰਟਰੀ ਦਿੱਤੀ ਜਾਏਗੀ ਉਹਨਾਂ ਨੂੰ ਪਾਸ। ਮੇਰਾ ਨਾਂ ਜੀ ਰਾਮ ਪ੍ਰਕਾਸ਼ ਜੀ। ਤਕਰੀਬਨ ਅਸੀਂ ਅੱਜ 25-30 ਸਕੈਨ ਕਰ ਲਏ ਅਤੇ ਆਪਾਂ ਇਹਨਾਂ ਨੂੰ ਔਨਲਾਈਨ ਕਰਦੇ ਪਏ ਹਾਂ। ਜਿਹੜੇ ਵੀ ਕੋਈ ਵੀ ਮੁਲਾਜ਼ਮ ਬੰਦਾ 2 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਜਾ ਰਿਹਾ, ਕੋਈ ਮੁਖਾਲੀ ਜਾ ਰਿਹਾ, ਕੋਈ ਚੰਡੀਗੜ੍ਹ ਜਾ ਰਿਹਾ, ਕੋਈ ਦਿੱਲੀ ਜਾ ਰਿਹਾ ਆਪਣੇ ਸਰਵਿਸ 'ਤੇ, ਉਹਨਾਂ ਦੇ ਸਕੈਨ ਕਰਕੇ ਅਤੇ ਉਹਨਾਂ ਦਾ ਭੇਜ ਦਿੰਦੇ ਹਾਂ। ਅਸੀਂ ਲੋਕਾਂ ਨੂੰ ਇਹੀ ਕਹਿ ਰਹੇ ਹਾਂ ਕਿ ਮਾਸਕ ਪਾ ਕੇ ਰੱਖੋ ਅਤੇ ਆਪਣੇ ਘਰਾਂ ਵਿੱਚ ਹੀ ਰਹੋ। ਜੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਨਿਕਲੋ ਘਰੋਂ ਬਾਹਰ।